ਦੇਖਦਾ ਹਲਕੇ ਚ ਪਿੰਡਾਂ ਚ ਜਿੱਥੇ ਚੋਰੀਆਂ ਹੁੰਦੀਆਂ ਨੇ ਉਹ ਜੇਬ ਜੋ ਆਪ ਪੈਸੇ ਕਿਸੇ ਦੇ ਤੇ ਦਿਲ ਵਧੀ ਜੀ ਕਰਦੇ ਨੇ ਨਸ਼ੇ ਚ ਖਲੋ ਕੇ ਅਗਲੇ ਦੀ ਜੇਬ ਤੋਂ ਅਗਲੇ ਕੋ ਪੈਸੇ ਕਢਾ ਕੇ ਲੈ ਜਾਂਦੇ ਨੇ ਤੇ ਇਹਨਾਂ ਚੀਜ਼ਾਂ ਦੇ ਬੜੇ ਹਾਲਾਤ ਮਾੜੇ ਕਰਦੇ ਨੇ ਜੀ ਆ ਮੇਰਾ ਵੀਰ ਪੰਡਿਆਲੇ ਅੱਜ ਤੋਂ ਇੱਕ ਪਿਛਲੇ ਜਿਹੜੇ ਦੀ ਗੱਲ ਹੈ ਆਪਣੀ ਦੁਕਾਨ ਤੋਂ ਕਰਿਆਨੇ ਦੀ ਦੁਕਾਨ ਕੈਸ਼ ਲੈ ਕੇ ਸਕੂਟਰ ਤੇ ਹੁੰਦਾ ਸੀ ਉਹ ਰਸਤੇ 'ਚ ਰੋਕ ਲਿਆ ਉਹਨੇ ਕਿਸੇ ਪੈਸੇ ਦੇਣ ਤੋਂ ਮਨਾ ਕੀਤਾ ਪੈਸੇ ਦੇਣ ਤੋਂ ਮਨਾ ਕੀਤਾ ਹੋਣਾ ਉਹਨਾਂ ਦਾਤਰ ਮਾਰਨੇ ਸ਼ੁਰੂ ਕਰਤੇ ਉਹ ਦਾਤਰ ਫਿਰ ਤੇ ਵਜੇ ਹੱਥ ਉੱਪਰ ਕਰ ਲਿਆ ਉਹ ਹੱਥ ਉਹਦਾ ਸਾਰਾ ਹੀ ਵੱਡਿਆ ਉਹ ਪਤਾ ਨਹੀਂ ਕਿੱਦਾਂ ਪਰਮਾਤਮਾ ਦੀ ਕਿਰਪਾ ਨਾਲ ਪਿੱਛੋਂ ਕੋਈ ਮੋਟਰਸਾਈਕਲ ਆਇਆ ਤੇ ਉਹਨੂੰ ਛੱਡਤਾ ਤੇ ਨਹੀਂ ਤੇ ਉਹਨਾਂ ਛੱਡਣਾ ਨਹੀਂ ਹਜ਼ਾਰ ਹਜ਼ਾਰ ਦੋ ਹਜ਼ਾਰ ਦੇ ਚੱਕਰ ਦੀ ਬੰਦੇ ਦੀ ਵੈਲਿਊ ਨਹੀਂ ਸਮਝਦੇ ਜਦੋਂ ਕੋਈ ਪੁੱਤ ਨਸ਼ੇ ਤੇ ਲੱਗ ਜਾਂਦਾ ਨਾ ਉਹਨੂੰ ਕਿਸੇ ਨਾ ਕੋਈ ਮਤਲਬ ਨਹੀਂ ਅੱਜ ਸਾਡੇ ਕੋਲ ਸਮਾਂ ਜੀ ਅੱਜ ਅਸੀਂ ਰਲ ਮਿਲ ਕੇ ਇਹ ਵੀਰ ਸਾਡਾ ਆਪੋ ਆਪਣੇ ਵਕਾਰ ਦਾ ਸਵਾਲ ਬਣ ਗਿਆ ਇਹ ਜਿੰਨੇ ਵੀ ਫਤਿਹਗੜ੍ਹ ਹਲਕੇ ਚ ਪਿੰਡ ਆਉਂਦੇ ਨੇ ਉਹਨਾਂ ਪਿੰਡਾਂ ਚੋਂ ਜਿੰਨੀ ਵੀ ਕਰੀਮ ਤੁਰੀ ਹੈ ਪੰਨੂ ਸਾਹਿਬ ਦੇ ਨਾਲ ਉਹਨਾਂ ਦੀ ਵਕਾਰ ਦਾ ਸਵਾਲ ਹੈ ਕਿ ਫਤਿਹਗੜ੍ਹ ਹਲਕਾ ਸਭ ਤੋਂ ਵੱਧ ਲੀਡ ਵਿੱਚ ਜਿਤਾ ਕੇ ਪੰਨੂ ਸਾਹਿਬ ਨੂੰ ਤੇ ਆਪਾਂ ਕੈਬਨਿਟ ਦੇ ਵਿੱਚ ਬਿਠਾਉਣਾ ਇਹ ਪ੍ਰਣ ਕਰ ਲਓ ਇਕੱਲੀ ਇਕੱਲੀ ਮੇਰੀ ਭੈਣ ਇਕੱਲਾ ਇਕੱਲਾ ਬਾਕੀ ਮੈਂ ਕਈਆਂ ਵੀਰਾਂ ਕੋਲੋਂ ਸੁਣਿਆ ਪਾਰਟੀਆਂ ਦੋ ਸੀ ਪਹਿਲੇ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਇਹਨਾਂ ਨੇ ਜੋ ਕੀਤਾ ਤੁਸੀਂ ਪਲੀਪਾ ਚਾਹੁੰਦੇ ਕਿਉਂਕਿ ਸਾਡੇ ਬਜ਼ੁਰਗ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਕਹਿੰਦੇ ਸੀ ਤੇ ਬਾਕੀ ਜਦੋਂ ਪਤਾ ਲੱਗਾ ਵੀ ਇਹਨਾਂ ਦੀਆਂ ਕਰਤੂਤਾਂ ਇਹਨਾਂ ਦੀ ਪੰਥਕ ਵਾਲੀ ਕੋਈ ਗੱਲ ਨਹੀਂ ਗੀ ਸੁਖਬੀਰ ਸਿੰਘ ਬਾਦਲ ਰਾਮ ਰਹੀਮ ਨੂੰ ਆਪਣਾ ਪਿਤਾ ਬਰਾਬਰ ਕਹੀ ਜਾਂਦਾ ਤੇ ਬੇਟ ਵੀ ਹੋਇਆ ਕਈ ਕੁਛ ਹੋਇਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੀ ਤੇ ਕੈਪਟਨ ਸਾਹਿਬ ਨੇ 2017 ਦੇ ਵਿੱਚ ਝੂਠ ਬੋਲ ਕੇ ਸ੍ਰੀ ਦਮਦਮਾ ਸਾਹਿਬ ਵੱਲ ਗੁਰਦਾ ਸਾਹਿਬ ਕਰਕੇ ਸੌ ਖਾਧੀ ਸੀ ਤੇ ਅਸੀਂ ਯਕੀਨ ਕਰ ਲਿਆ ਕੁਛ ਨਾ ਕੁਛ ਕਰਨਗੇ ਪਰ ਜੋ ਕੀਤਾ ਕਿਉਂ ਨੀ ਦੱਸਦੇ ਜੇ ਦੱਸ ਦਿੱਤਾ ਕਿ ਅਸੀਂ ਹਿਸਾਬ ਮੰਗਣਾ ਸਵੇਰੇ ਉੱਠ ਕੇ ਕੁਝ ਕਰਦੇ ਆ ਜਦੋਂ ਪੇਸਟ ਲਾ ਲਈਏ ਆ ਨਾ ਉਹ ਵੀ ਕਰਕਾਰ ਨੂੰ ਬਜ਼ੁਰਗਾਂ ਦੀ ਪੈਨਸ਼ਨ ਬਹੁਤ ਵਧੀਆ ਹੈ ਬਿਜਲੀ ਉੱਥੇ 200 ਯੂਨਿਟ ਸਰਕਾਰ ਦਿੰਦੀ ਹੈ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ 3000 ਰੁਪਇਆ ਬੇਰੁਜ਼ਗਾਰੀ ਪਤਾ ਦਿੰਦੀ ਹੈ ਬੱਸਾਂ ਐਡੀਆਂ ਵਧੀਆ ਨੇ ਕਿ ਬੱਸਾਂ ਤੇ ਬੀਬੀਆਂ ਦਾ ਬਜ਼ੁਰਗਾਂ ਦਾ ਕੋਈ ਕਿਰਾਇਆ ਨਹੀਂ ਕਿਉਂ ਪੈਸੇ ਕਿੱਥੋਂ ਆਉਂਦੇ ਇਹ ਪੈਸੇ ਕਿੱਥੋਂ ਆਉਣਗੇ ਇਹ ਪੈਸੇ ਤੁਸੀਂ ਜਿਹੜਾ 6 ਕਰੋੜ ਰੁਪਇਆ ਦਓਗੇ ਨਾ ਤੇ ਕਿੰਨੇ ਪਿੰਡ ਨੇ ਕਰੋੜਾਂ ਰੁਪਇਆ ਦੇ ਹਿਸਾਬ ਨਾਲ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਹਾਂ ਤੇ ਸਰਕਾਰ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਸਾਡੇ ਪਿੰਡ ਦੇ ਇੱਕ ਡਿਸਪੈਂਸਰੀ ਲੱਗੇਗੀ ਉਸ ਡਿਸਪੈਂਸਰੀ ਤੇ ਹਰ ਤਰ੍ਹਾਂ ਦੀ ਦਵਾਈ ਸਾਨੂੰ ਪਿੰਡ ਤੋਂ ਮਿਲੇਗੀ ਸਾਡੇ ਪਿੰਡ ਦੇ ਸਕੂਲ ਨੂੰ ਜੋ ਸਾਡੇ ਪਿੰਡ ਦੇ ਵਿੱਚ ਸਕੂਲ ਹੋਵੇਗਾ ਜਿਹੜੇ ਟੇਬਲ ਤੇ ਬੈਠ ਕੇ ਇੱਕ ਜੱਜ ਦਾ ਬੱਚਾ ਪੜ੍ਹੇਗਾ ਨਾ ਸਰਕਾਰੀ ਸਕੂਲ ਦੇ ਉਸੇ ਟੇਬਲ ਤੇ ਬੈਠ ਕੇ
जो पढ़ाई एक होगी किताब एक टीचर एक साढ़े बच्चे भी कभी आगे लगन गए दिल्ली के सरकारी स्कूलों का मोबाइल से सर्च मार के जरूर देंगे गूगल से यूट्यूब से जेडे टेबल से जज का बच्चा बैठता जी ना उसे टेबल से एक साढ़े दिहाड़ीदार वीर का बच्चा बैठ के बनता अज सानू अपने बच्चों नू बचाउण दी लोड़ है अज साडे कोल समां है 20 तरीक नू वोटां ने असीं अपना हक लैणा हर एक भैण ने